ਐਤਵਾਰ ਦੇ ਦਿਨ ਦੀਨਾਨਗਰ ਦੇ ਵਾਰਡ ਨੰਬਰ 12 ਦੇ ਮੁਹੱਲਾ ਨਾਨਕ ਨਗਰ ਵਿਖੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੀਨਾਨਗਰ ਦੇ ਈਓ ਜਤਿੰਦਰ ਮਹਾਜਨ ਅਤੇ ਨਗਰ ਕੌਂਸਲ ਦੇ ਹੋਰਨਾਂ ਅਧਿਕਾਰੀਆਂ ਨੇ 2 ਦਰਜਨ ਦੇ ਕਰੀਬ ਕਰਮਚਾਰੀਆਂ ਸਹਿਤ ਇੱਕ ਮੁਹੱਲਾ ਵਾਸੀ ਵੱਲੋਂ ਕੀਤੇ ਗਏ ਨਿਰਮਾਣ ਨੂੰ ਗਲਤ ਕਰਾਰ ਦਿੰਦਿਆਂ ਇੱਕ ਤਰਫਾ ਕਾਰਵਾਈ ਕਰਦੇ ਹੋਏ ਉਸ ਨੂੰ ਢਾਹੁਣ ਲਈ ਧਾਵਾ ਬੋਲ ਦਿੱਤਾ। ਇਸ ਮੌਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਦੀ ਟੀਮ ਦਾ ਸਖਤ ਵਿਰੋਧ ਕੀਤਾ ਹੈ। ਇਸ ਕਾਰਨ ਨਗਰ ਕੌਂਸਲ ਦੀ ਟੀਮ ਨੂੰ ਬਿਨਾਂ ਕੋਈ ਕਾਰਵਾਈ ਕੀਤਿਆਂ ਬੇਰੰਗ ਪਰਤਣਾ ਪਿਆ। ਇਸ ਮੌਕੇ ਤੇ ਮੁਹੱਲਾ ਨਾਨਕ ਨਗਰ ਵਾਸੀ ਸਾਬਕਾ ਫੌਜੀ ਨਗਰ ਮੱਲ ਦੀ ਪਤਨੀ ਅਤੇ ਉਸ ਦੇ ਭਰਾ ਰਤਨ ਚੰਦ ਨੇ ਨਗਰ ਕੌਂਸਲ ਅਧਿਕਾਰੀਆਂ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਆਪਣੇ ਘਰ ਦਾ ਨਵੀਨੀਕਰਨ ਨਿਯਮਾਂ ਦੇ ਅਨੁਸਾਰ ਕੀਤਾ ਹੈ, ਪਰ ਨਗਰ ਕੌਂਸਲ ਦੇ ਅਧਿਕਾਰੀ ਹਲਕੇ ਦੇ ਇੱਕ ਰਾਜਸੀ ਆਗੂ ਦੀ ਸ਼ਾਇ ਤੇ ਉਸ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰ ਰਹੇ ਨੇ। ਸਾਬਕਾ ਫੌਜੀ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਬਿਨਾਂ ਕਿਸੇ ਠੋਸ ਵਜ੍ਹਾ ਤੋਂ ਵਾਰ ਵਾਰ ਆਣ ਕੇ ਉਸ ਦੇ ਚੱਲਦੇ ਕੰਮ ਨੂੰ ਰੋਕਦੇ ਨੇ, ਜਿਸ ਨਾਲ ਉਸਦਾ ਕਾਫੀ ਨੁਕਸਾਨ ਹੋ ਰਿਹਾ ਹੈ। किस तरह तुम लग रहा है तुम किस तरह अनलीगल लग रही है गली सरकारी है कि दूसरी है ਇਸ ਵਾਰ ਤੁਸੀਂ ਸੰਡੇ ਨੂੰ ਆਏ ਕੀ ਤੁਹਾਡੇ ਕੋਲ ਪੋਲੀਟੀਕਲ ਪ੍ਰੈਸ਼ਰ ਨਹੀਂ ਹੈਗਾ ਨਹੀਂ ਸਾਡੇ ਕੋਲ ਪ੍ਰੈਸ਼ਰ ਨਹੀਂ ਆਪਣੇ ਵੀ ਇਹਨਾਂ ਕੰਮ ਕਰ ਰਹੇ ਸੀ ਇਸ ਵਰਕਿੰਗ ਡੇ ਦੇ ਵੀ ਹੋ ਸਕਦਾ ਤੁਸੀਂ ਕਮੇਟੀ ਦੇ ਵਿਚ ਹਾਜ਼ਰੀ ਪਾ ਰਹੇ ਹੋ ਇਸ ਚੀਜ਼ ਦੀ ਹਾਜ਼ਰੀ ਕਾਹਦੀ ਪਾਣੀ ਤੇ ਫਿਰ ਤੁਸੀਂ ਸਰ ਕਿਸ ਤਰ੍ਹਾਂ ਆ ਰਹੇ ਹੋ ਹਾਂਜੀ ਜੇ ਤੁਸੀਂ ਹਾਜ਼ਰੀ ਨਹੀਂ ਲਗਾ ਰਹੇ ਕਮੇਟੀ ਘਰ ਚ ਫਿਰ ਤੁਸੀਂ ਕਿਸ ਤਰ੍ਹਾਂ ਆ ਰਹੇ ਹੋ ਇਹਨੂੰ ਡਿਊਟੀ ਓਨ ਡਿਊਟੀ ਆਫ ਡਿਊਟੀ ਆਏ ਹੋ ਓਨ ਡਿਊਟੀ ਆਏ ਸਾਰਿਆਂ ਨੂੰ ਬੁਲਾ ਕੇ ਲਿਆਇਆ ਸੀ ਨਹੀਂ ਨਹੀਂ ਸਰ ਤੁਸੀਂ ਹਾਜ਼ਰੀ ਨਹੀਂ ਕਮੇਟੀ ਘਰ ਪਾ ਰਹੇ ਫਿਰ ਤੁਸੀਂ ਆਫ ਡਿਊਟੀ ਓਨ ਤੁਸੀਂ ਆਪਣੇ ਸਾਰੇ ਇੰਨੇ ਵਰਕਰ ਨਾਲ ਲੈ ਕੇ ਆਏ ਹੋ ਸਪੋਜ਼ ਇੱਥੇ ਕੋਈ ਗੱਲਬਾਤ ਵੱਧ ਘੱਟ ਹੋਈ ਦੀ ਸੱਟ ਪਿੜ ਲੱਗ ਜਾਂਦੀ ਤੁਸੀਂ ਤੇ ਓਨ ਡਿਊਟੀ ਹੈ ਹੀ ਨਹੀਂ ਇਹਦੀ ਜ਼ਿੰਮੇਵਾਰੀ ਕਦੀ ਬਣਦੀ ਫਿਰ ਓਨ ਡਿਊਟੀ ਆਏ ਸਾਰੇ ਨਹੀਂ ਕਹਿ ਰਹੇ ਹਾਜ਼ਰੀ ਤੁਸੀਂ ਸਰ ਕਹਿ ਕੇ ਹਾਜ਼ਰੀ ਹੋਣ ਇੱਥੇ ਉੱਡ ਲਾਣੀ ਆ ਜਾਂ ਹਾਜ਼ਰੀ ਦਫ਼ਤਰ ਲਾਣੀ ਆ ਉਹੀ ਗੱਲ ਕਰ ਤੁਹਾਨੂੰ ਉਹੀ ਪੁੱਛ ਰਹੇ ਨਾ ਵੀ ਤੁਸੀਂ ਓਨ ਡਿਊਟੀ ਹੋ ਸੀ ਅੱਜ ਓਨ ਡਿਊਟੀ ਪਰ ਤੁਸੀਂ ਸਰ ਪਹਿਲੇ ਕਿਹਾ ਕੈਮਰੇ ਦੇ ਵਿੱਚ ਕਿ ਹਾਜ਼ਰੀ ਨਹੀਂ ਲਗਾ ਰਹੇ ਸੀ ਅੱਜ ਇੱਥੇ ਉੱਡ ਲਾ ਕੇ ਹਾਜ਼ਰੀ ਲਾਣੀ ਦਫ਼ਤਰ ਲਾਣੀ ਹਾਜ਼ਰੀ ਨਹੀਂ ਸਰ ਮੈਂ ਉਹੀ ਦਫ਼ਤਰ ਬਾਰੇ ਪੁੱਛ ਰਿਹਾ ਹਾਂ ਹਾਜ਼ਰੀ ਲਗਾ ਕੇ ਆਇਆ ਕਿ ਜਾਗ ਲਗਾਣੀ ਹੈ ਹਾਂਜੀ ਹਾਜ਼ਰੀ ਲਗਾ ਕੇ ਲਗਾ ਕੇ ਆਏ ਹਾਂ ਸਰ ਇੱਕ ਗਿਆਨ ਚੰਦ ਨੂੰ ਉਹਦਾ ਮੁੰਡਾ ਬਨਾਰਸੀ ਉਹਨੂੰ ਵੀ ਲੱਗਦੀ ਆ ਇਹ ਹੁਣ ਕਮੇਟੀ ਤੀਏ ਦੇ ਨਾਲ ਆਈਦੀ ਆ ਜੀ ਅਸੀਂ ਉਹਨੂੰ ਗਲੀ ਦਵਾਉਂਦੇ ਹਾਂ ਨਾਲ ਉਹ ਐਠਾ ਪੁੱਟਣਾ ਆ ਗਿਆ ਤੁਹਾਡੇ ਸਾਹਮਣੇ ਹੀ ਤੇ ਇੱਕ ਦਿਨ ਅੱਗੇ ਆ ਗਿਆ ਜੀ ਉਹ ਸਾਡੇ ਉੱਥੋਂ ਦੇ ਸੱਤ ਢਾਡ ਸੀ ਜਦ ਕਿ ਸਾਡੇ ਕੋਲ ਇਹਦੀ ਰੇਵਾ ਨਹੀਂ ਇਹਦੀ ਰਜਿਸਟਰੀ ਨਹੀਂ ਇਹ ਨਸ਼ਾ ਕਿਦਾਂ ਸਾਨੂੰ ਬਣਾ ਕੇ ਦੇ ਸਕਦੇ ਤੁਹਾਨੂੰ ਕੀ ਲੱਗਦਾ ਫਿਰ ਜੇ ਕਮੇਟੀ ਵਾਲੇ ਐਤਵਾਰ ਆਏ ਕਮੇਟੀ ਵਾਲਾ ਗਲਤ ਨਾ ਕਾਰਨ ਕੀ ਆ ਜਾਦਾ ਛੁੱਟੀ ਕਰਕੇ ਉਹਨਾਂ ਨੇ ਫਾਇਦਾ ਲੈਂਦੇ ਹਨ ਨਜਾਇਜ਼ ਵੀ ਉੱਥੇ ਹੋਣੇ ਨਹੀਂ ਹੈਗੇ ਇਹ ਕਿਉਂ ਆਏ ਕਿਹਦੀ ਸ਼ਾਇਦ ਆਏ ਛੁੱਟੀ ਦਾ ਫਾਇਦਾ ਲੈਂਦੇ ਆ ਇਹ ਕਿਉਂ ਆਏ ਕਿਹਦੀ ਸ਼ਾਇਦ ਇਹ ਸਾਡੇ ਜਿਹੜਾ ਬਣਿਆ ਨਾ ਐਫਸੀ ਉਹਦੀ ਸ਼ਾਇਦ ਆਏ ਆ ਕਹਿੰਦੇ ਆ ਨੂੰ ਚੰਡੀ ਜਿਹੜਾ ਐਫਸੀ ਸਾਡਾ ਬਣਿਆ ਨਾ ਉਹ ਲੱਭਿਆ ਹੋ ਜਾਂਦਾ ਜਿਹਨੂੰ ਅਸੀਂ ਵੋਟ ਦਿੱਤਾ ਆ ਜਿਹੜਾ ਐਮਸੀ ਅਸੀਂ ਆਪਣਾ ਚੌਹਾਨ ਨੀਰੂ ਚੌਹਾਨ ਉਹਨੂੰ ਅਸੀਂ ਵੋਟਾਂ ਦਿੱਤੀਆਂ ਨੇ ਇੱਥੇ नहीं करना की है रोकना जेडे दूसरे रह रहे गली रोकना चाहिए नहीं होंगे जे गली कमेटी ने सानू कोर्ट ने पास की है इन्हों का की मतलब इतने हमला करने का सही है कि गलत है छुट्टी वाले दिन हमला किया छुट्टी है अज छुट्टी है इन्हों कि भेजे सानू प्रूफ देन के बंदा इतने भेजे इन्होंने छुट्टी का तो मतलब भी कोई नहीं इतने आन उस दिन भी इन्होंने हमला किया गैलरी से उदन भी ऐतवार ही उदन भी कहते कहते आए ने फिर जिन्हें कहते आए फिर बहार क्यों नहीं आते पे हूं ਨਗਰ ਚ ਨਾਲੀ ਦਾ ਝਗੜਾ ਪਿਆ ਵੱਲੋਂ ਬੁਲਾ ਕੇ ਸੁਣਦੇ ਆ ਹੁਣ ਅੱਗੇ ਕਮੇਟੀ ਵਾਲੇ ਕੀ ਕਰਨ ਜਾ ਰਹੇ ਕੀ ਇਹ ਕੋਈ ਕਾਰਵਾਈ ਕਰਨਗੇ ਜਾਂ ਖਤਮ ਉਹਨਾਂ ਨੂੰ ਬੰਦ ਕਰਤਾ ਇਹਨਾਂ ਨੂੰ ਬੰਦ ਕਰਤਾ ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ।